ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਪਰਮਾਤਮਾ ਕਿਰਪਾ ਕਰਨ, ਉਹਨਾਂ ਦੀ ਰਹਿਮਤ ਹੋਵੇ, ਬਖਸ਼ਿਸ਼ ਹੋਵੇ ਤਾਂ ਹੀ, ਨਹੀਂ ਤਾਂ ਆਪਾਂ ਸਭ ਜਣੇ ਧੱਕੇ ਨਾਲ ਚੱਲਣ ਵਾਲੇ ਹਾਂ। ਅੰਮ੍ਰਿਤ ਵੇਲੇ ਬੜੇ ਵੱਡੇ ਭਾਗਾਂ ਵਾਲੇ ਹਨ ਜੋ ਉੱਠਦੇ ਹਨ, ਜੋ ਰੱਬ ਨੂੰ ਯਾਦ ਕਰਦੇ ਹਨ। ਕਲਯੁੱਗ ਚੱਲ ਰਿਹਾ ਹੈ, ਆਪਾਂ ਗੱਲਾਂ ਕਰਨ ਬੈਠ ਜਾਈਏ, ਮੂਵੀ ਦੇਖਣ ਬੈਠ ਜਾਈਏ ਤਾਂ 2-3 ਘੰਟੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਕੋਈ ਕਹੇ ਨਾ ਵੀ ਹੋਰ ਬੈਠ ਜਾ, ਆਪਾਂ ਝੱਟ ਤਿਆਰ ਹੋ ਜਾਂਦੇ ਹਾਂ। ਅਤੇ ਕਲਯੁੱਗ ਦਾ ਇੰਨਾ ਜ਼ੋਰ ਹੈ ਵੀ ਗੁਰੂ ਘਰ ਜਦੋਂ ਜਾਂਦੇ ਹਾਂ, ਕੀਰਤਨ ਸੁਣੀਏ, ਇੱਕ ਤੋਂ ਦੂਜਾ ਰਾਗੀ ਜਾਂ ਕਥਾਵਾਚਕ ਆ ਕੇ ਬੈਠ ਜਾਏ ਨਾ, ਤਾਂ ਮਨ ਵਿੱਚ ਸੋਚਦੇ ਹਾਂ ਇੱਕ ਤੋਂ ਬਾਅਦ ਇੱਕ ਦੂਜਾ ਆਈ ਜਾਂਦਾ। ਕਿਉਂਕਿ ਅੱਜ ਦਾ ਜੋ ਯੁੱਗ ਹੈ ਨਾ, ਗੁਰਬਾਣੀ ਵਾਲੇ ਪਾਸੇ ਲੈ ਜਾਣ ਵਾਲੇ ਬਹੁਤ ਘੱਟ ਹਨ, ਤੋੜਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਦੋਂ ਗੁਰੂ ਘਰ ਜਾਂਦੇ ਹਾਂ ਤਾਂ ਆਪਾਂ ਗੁਰਬਾਣੀ ਨਹੀਂ ਸੁਣਦੇ, ਨਾਮ ਨਹੀਂ ਜਪਦੇ, ਕਥਾ ਨਹੀਂ ਸਰਵਣ ਕਰਦੇ, ਨਾ ਬਚਨ ਸੁਣਦੇ ਹਾਂ, ਨਾ ਕਮਾਉਂਦੇ ਹਾਂ। ਤਾਂ ਫਿਰ ਫਾਇਦਾ ਕੀ ਹੋਇਆ ਗੁਰੂ ਘਰ ਆਉਣ ਦਾ? ਮਹਾਰਾਜ ਨੇ ਬਖਸ਼ਿਸ਼ ਕੀਤੀ, ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਨਾ, ਹਜ਼ੂਰ ਸਾਹਿਬ ਨੂੰ ਦੇਖਣ ਉੱਤੇ ਬੜਾ ਜ਼ੋਰ ਦਿੱਤਾ ਗਿਆ। ਦੇਖੋ, ਆਪਾਂ ਜਦੋਂ ਆਉਂਦੇ ਹਾਂ ਗੁਰੂ ਘਰ, ਅਰਦਾਸ ਸਮੇਂ ਬੋਲਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਪਾਠ ਅਤੇ ਦੀਦਾਰ ਉੱਥੇ ਦੇਖਣ ਬਾਰੇ ਕਿਹਾ ਗਿਆ। ਇਸ ਦਾ ਭਾਵ, ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇਗਾ ਉਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਦਰਸ਼ਨ ਸਫਲ ਕਹੇ ਗਏ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਜਪਣ ਵਾਲੇ ਦੇ ਦੀਦਾਰ ਸਫਲ ਕਹੇ ਗਏ ਹਨ। ਜੋ ਬੰਦੇ ਦੇ ਮਨ ਅੰਦਰ ਖਲਬਲ ਮੱਚਦੀ ਹੈ ਨਾ, ਪਾਠ ਕਰਦਿਆਂ ਇਹ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਗੱਲ ਨੂੰ ਯਾਦ ਰੱਖਿਓ, ਐਸਾ ਕੋਈ ਬੰਦਾ ਨਹੀਂ ਜਿਸ ਨੂੰ ਆਪਣੇ ਪਾਪਾਂ ਦਾ ਪਤਾ ਨਾ ਹੋਵੇ। ਆਪਾਂ ਸਭ ਜਾਣਦੇ ਹਾਂ ਆਪਾਂ ਕੀ ਕੀਤਾ, ਉਹ ਬਸ ਭੁੱਲ ਜਾਂਦੇ ਹਾਂ। ਉਹਨੂੰ ਲੱਗਦਾ ਪਰਦੇ ਥੱਲੇ ਲੁੱਕ ਗਏ ਨੇ, ਪਰ ਉਹ ਮਰਦੇ ਨਹੀਂ, ਲੁੱਕਣ ਵਿੱਚ ਤਾਂ ਉਹ ਲੁੱਕ ਗਏ ਪਰ ਖਤਮ ਨਹੀਂ ਹੋਏ। ਲੁਕਾਉਣ ਵਿੱਚ ਅਤੇ ਖਤਮ ਕਰਨ ਵਿੱਚ ਬਹੁਤ ਵੱਡਾ ਫਰਕ ਹੈ। ਕਿਸੇ ਚੀਜ਼ ਨੂੰ ਲੁਕਾ ਦੇਣਾ, ਛੁਪਾ ਦੇਣਾ ਅਤੇ ਕਿਸੇ ਚੀਜ਼ ਨੂੰ ਨਸ਼ਟ ਕਰ ਦੇਣਾ, ਦੋਵਾਂ ਵਿੱਚ ਬਹੁਤ ਫਰਕ ਹੈ। ਸਾਡੇ ਕੀਤੇ ਹੋਏ ਪਾਪ ਸਮੇਂ ਦੀ ਚਾਦਰ ਥੱਲੇ ਛਿਪ ਜਾਂਦੇ ਹਨ ਪਰ ਖਤਮ ਨਹੀਂ ਹੁੰਦੇ। ਇਹੀ ਕਾਰਨ ਹੈ ਕਿ ਜਦੋਂ ਪਾਠ ਕਰਨਾ ਜਾਂ ਕੋਈ ਧਰਮ ਦੀ ਗੱਲ ਕਰਨਾ ਆਪਣਾ ਮਨ ਨਹੀਂ ਲੱਗਦਾ। ਸੰਗਤ ਵਿੱਚ ਬੈਠਦਿਆਂ, ਅੱਖਾਂ ਬੰਦ ਕਰਦਿਆਂ ਇਸ ਦੇ ਕੀਤੇ ਹੋਏ ਪਾਪ ਅੱਗੇ ਆਉਣ ਲੱਗ ਜਾਂਦੇ ਹਨ। ਉਹ ਸਮੇਂ ਦੀ ਚਾਦਰ ਨੂੰ ਪਾੜ ਕੇ ਅੱਖਾਂ ਦੇ ਅੱਗੇ ਆ ਜਾਂਦੇ ਹਨ, ਉਹ ਕੀਤੇ ਹੋਏ ਕਰਮ ਅੱਖਾਂ ਸਾਹਮਣੇ ਆਉਂਦੇ ਹਨ। ਆਪਾਂ ਭੁੱਲ ਜਾਂਦੇ ਹਾਂ ਅਤੇ ਵਿਆਕੁਲ ਹੋ ਜਾਂਦੇ ਹਾਂ, ਅਤੇ ਜਦੋਂ ਪਾਠ ਕਰਦੇ ਹਾਂ ਇੰਨੇ ਮਾੜੇ ਖਿਆਲ ਆਉਣੇ ਆਰੰਭ ਹੋ ਜਾਂਦੇ ਨੇ। ਸਾਰਿਆਂ ਨਾਲ ਹੁੰਦਾ, ਪਾਠ ਕਰੀਏ ਜਾਂ ਨਾਮ ਜਪਣ ਬੈਠੀਏ ਨਾ, ਅੱਖਾਂ ਬੰਦ ਕਰੀਏ ਅਤੇ ਮਾੜੇ ਮਾੜੇ ਵਿਚਾਰ, ਭੈੜੇ ਭੈੜੇ ਵਿਕਾਰ ਆਪਣੀਆਂ ਅੱਖਾਂ ਦੇ ਅੱਗੇ ਆਉਣ ਲੱਗ ਜਾਂਦੇ ਹਨ। ਮਨ ਨਹੀਂ ਕਰਦਾ ਪਾਠ ਕਰਨ ਨੂੰ। ਪਿਆਰਿਆ, ਤੂੰ ਭੁੱਲ ਗਿਆ, ਤੂੰ ਸਮੇਂ ਦੇ ਕੱਪੜੇ ਥੱਲੇ ਲੁਕੋ ਲਿਆ ਸੀ। ਇਹ ਦੋ ਵੇਲੇ ਹੀ ਪ੍ਰਗਟ ਹੁੰਦੇ ਨੇ, ਪਤਾ, ਜਦੋਂ ਸਿਮਰਨ ਕਰਦੇ ਹਾਂ, ਪਾਠ ਕਰਦੇ ਹਾਂ, ਅਤੇ ਦੂਜਾ ਜਦੋਂ ਤੈਨੂੰ ਮੌਤ ਆਉਂਦੀ ਹੈ। ਇਹ ਉਦੋਂ ਹੀ ਪ੍ਰਗਟ ਹੋਣਗੇ, ਇਹ ਖਤਮ ਨਹੀਂ ਹੁੰਦੇ। ਸਿਮਰਨ ਸਮੇਂ ਇਹ ਪ੍ਰਗਟ ਹੋ ਜਾਣ ਅਤੇ ਆਪਣਾ ਸਿਮਰਨ ਉਸੇ ਸਮੇਂ ਨਾ ਛੱਡੀਏ, ਇਹਨਾਂ ਨੂੰ ਸਿਮਰਨ ਨਸ਼ਟ ਕਰ ਰੱਖ ਦਿੰਦਾ ਹੈ। ਮੌਤ ਹੁੰਦੀ ਹੈ, ਕੀਤੇ ਹੋਏ ਪਾਪਾਂ ਨੂੰ ਯਾਦ ਕਰੀਏ, ਉਹਨਾਂ ਨੂੰ ਯਾਦ ਰੱਖੋ, ਬੰਦੇ ਦੇ ਸਾਹਮਣੇ ਉੱਠ ਉਹ ਖਲੋ ਜਾਂਦੇ ਹਨ। ਜਿਵੇਂ ਗੁਰਬਾਣੀ ਪੜ੍ਹਦੇ ਹਾਂ, ਸਿਮਰਨ ਸਮੇਂ ਕਿਉਂ ਮਨ ਦੀ ਮੈਲ ਉਗਲਦੀ ਹੈ? ਸਾਡੀ ਇਹ ਸਭ ਦਾ ਸਵਾਲ ਹੁੰਦਾ ਨਾ ਕਿ ਪਾਠ ਕਰਦੇ ਹਾਂ ਮਨ ਨਹੀਂ ਲੱਗਦਾ, ਇਹ ਉਦੋਂ ਹੀ ਹੁੰਦਾ। ਸਾਡੀ ਇਹ ਸਭ ਦਾ ਇਹੀ ਸਵਾਲ ਹੈ ਅਤੇ ਇਹਦਾ ਜਵਾਬ ਪਤਾ ਕੀ ਹੈ? ਪਾਠ ਕਰਦੇ ਮਾੜੇ ਵਿਚਾਰ ਅੱਖਾਂ ਸਾਹਮਣੇ ਆਉਂਦੇ ਨੇ, ਮਨੁੱਖ ਡਰ ਜਾਂਦਾ। ਟੀਵੀ ਵੇਖਦੇ, ਮਾੜੇ ਕਰਮ ਕਰਦੇ, ਇਹ ਕਿਉਂ ਨਹੀਂ ਆਉਂਦੇ ਸਾਹਮਣੇ? ਕੋਈ ਬੁਰਾ ਕੰਮ ਕਰਦੇ ਉਦੋਂ ਕਿਉਂ ਨਹੀਂ ਆਉਂਦੇ? ਫਿਰ ਪਾਠ ਕਰਦੇ ਅੰਦਰ ਕਿਉਂ ਤੜਫ ਆ ਜਾਂਦੀ? ਜਿਵੇਂ ਕੱਪੜਾ ਮੈਲਾ ਹੋਏ, ਘਰੋਂ ਪਾ ਕੇ ਬਾਹਰ ਨਿਕਲ ਜਾਈਏ, ਜੇ ਕੱਪੜਾ ਅਤੇ ਮੈਲ ਦੋਵੇਂ ਸਮਝੌਤਾ ਕਰ ਲੈਣ ਤਾਂ ਤਾਂ ਪਤਾ ਨਹੀਂ ਲੱਗੇਗਾ ਵੀ ਮੈਲ ਹੈ। ਪਰ ਜਦੋਂ ਪਾਣੀ ਪਾਵਾਂਗੇ, ਸਾਬਣ ਲਾਵਾਂਗੇ, ਅਤੇ ਉੱਤੇ ਜਿਹੜੀ ਝੱਗ ਆਏਗੀ ਨਾ, ਉਹ ਮੈਲ ਹੀ ਆਵੇਗੀ। ਯਾਦ ਰੱਖਿਓ, ਕੱਪੜੇ ਵਿੱਚ ਮੈਲ ਨਿਕਲਦੀ ਹੀ ਉਦੋਂ ਹੈ ਜਦੋਂ ਪਾਣੀ ਪਾਈਏ, ਉਦੋਂ ਨਿਕਲਦੀ ਹੈ ਨਾ ਕੱਪੜੇ 'ਚੋਂ। ਉਂਝ ਸਾਨੂੰ ਪਾਪ ਕੋਈ ਨਹੀਂ ਪਤਾ ਕੀ ਹਨ, ਕਿੰਨੇ ਕੁ ਅੰਦਰ ਪਾਪ ਜਮ੍ਹਾਂ ਕਰਕੇ ਬੈਠੇ ਹਾਂ, ਪਰ ਜਦੋਂ ਜਪਜੀ ਸਾਹਿਬ ਦਾ ਪਾਠ, ਜਪਜੀ ਸਾਹਿਬ ਦਾ ਸਾਬਣ ਸਾਨੂੰ ਛੂੰਹਦਾ, ਉਦੋਂ ਮੈਲ ਉਗਲ ਕੇ ਬਾਹਰ ਆ ਜਾਂਦੀ ਹੈ। ਇਹੀ ਮਨ ਅੰਦਰ ਯੁੱਧ ਹੈ ਸਾਡਾ। ਜਦੋਂ ਮਾੜੇ ਫੁਰਨੇ ਅੰਦਰ ਨਿਕਲਣ ਨਾ, ਕਦੇ ਵੀ ਗੁਰਬਾਣੀ ਨੂੰ ਨਾ ਛੱਡੋ।
ਜੋ ਬੰਦਾ ਕੱਪੜੇ ਦੀ ਮੈਲ ਦੇਖ ਡਰ ਜਾਂਦਾ ਹੈ, ਕੱਪੜਾ ਹੋਰ ਜ਼ਿਆਦਾ ਗੰਦਾ ਹੋ ਜਾਂਦਾ, ਉਹ ਪਹਿਲਾਂ ਹੀ ਮੈਲਾ ਹੁੰਦਾ, ਉੱਤੇ ਹੋਰ ਮੈਲ ਲੱਗ ਜਾਂਦੀ ਅਤੇ ਮੈਲ ਲੱਗ ਲੱਗ ਕੇ ਉਹ ਜਮ੍ਹਾਂ ਹੀ ਕਾਲਾ ਹੋ ਜਾਂਦਾ। ਕਿਉਂਕਿ ਮੈਲ ਪਹਿਲਾਂ ਤਾਂ ਉੱਗਲ ਬਾਹਰ ਆ ਜਾਣੀ ਸੀ, ਹੁਣ ਤਾਂ ਵਿੱਚ ਹੀ ਫਸ ਜਾਣੀ ਹੈ। ਮੈਲ ਬਾਹਰ ਆ ਜਾਵੇ, ਕਦੇ ਪਾਣੀ ਅਤੇ ਸਾਬਣ ਨੂੰ ਨਾ ਛੱਡੋ। ਅੰਦਰ ਮਾੜੇ ਫੁਰਨੇ ਉੱਠਣ ਲੱਗ ਜਾਣ, ਕਦੇ ਗੁਰੂ ਦੀ ਬਾਣੀ ਨੂੰ ਨਾ ਛੱਡੋ। ਮੈਲ ਕੱਪੜੇ ਅਤੇ ਪਾਣੀ ਸਾਬਣ ਲਾਵਾਂਗੇ ਜੇ ਮੈਲ 'ਤੇ ਪਾਣੀ ਪਾ ਕੇ, ਅਤੇ ਤਾਂ ਹੀ ਕੱਪੜਾ ਸੁੱਚਾ ਹੋਏਗਾ ਨਾ, ਤਾਂ ਹੀ ਸਾਫ਼ ਹੋਏਗਾ, ਤਾਂ ਹੀ ਉਹ ਧੁੱਪੇਗਾ। ਜੇ ਮਨ ਵਿੱਚ ਮੈਲੇ ਫਿਰਨੇ ਉੱਠਣਗੇ, ਲਗਾਤਾਰ ਗੁਰਬਾਣੀ ਪੜ੍ਹਾਂਗੇ, ਤਾਂ ਹੀ ਉਹ ਦੂਰ ਹੋਣਗੇ। ਇੱਕ ਦਿਨ ਮੈਲਾ ਮਨ ਵੀ ਸ਼ੁੱਧ ਹੋ ਜਾਵੇਗਾ। ਇਹ ਹਮੇਸ਼ਾ ਯਾਦ ਰੱਖਿਓ, ਰੱਬ ਸਾਨੂੰ ਰੋਜ਼ ਆਵਾਜ਼ਾਂ ਲਗਾਉਂਦੇ ਹਨ, ਚਾਰੇ ਪਾਸੇ ਤੋਂ ਆਵਾਜ਼ਾਂ ਲਗਾਉਂਦੇ ਹਨ। ਗੁਰੂ ਘਰ ਤੋਂ ਆਵਾਜ਼ਾਂ ਲਗਾ ਰਿਹਾ ਹੈ ਕਿ ਤੂੰ ਗੁਨਾਹ ਛੱਡ ਕੇ ਆ ਜਾ, ਤੂੰ ਆ ਜਾ ਮੇਰੇ ਕੋਲ, ਪਾਪ ਕੀ ਗੱਲ, ਪਾਪ ਤੂੰ ਛੱਡਿਆ। ਮਮਤਾ ਦੀ ਮਾਰੀ ਜਦੋਂ ਮਾਂ ਬੱਚਾ ਨਾ ਕਿੰਨਾ ਵੀ ਲਿਬੜਿਆ ਹੋਵੇ, ਚਿੱਕੜ ਨਾਲ ਭਾਵੇਂ ਲਿਗੜਿਆ ਹੋਵੇ, ਉਹ ਜਦੋਂ ਆਉਂਦਾ ਨਾ ਮਾਂ ਘੁੱਟ ਕੇ ਗੱਲ ਨਾਲ ਲਾ ਲੈਂਦੀ ਹੈ। ਉਹ ਨਹੀਂ ਦੇਖਦੀ ਕਿ ਲਿਬੜਿਆ ਹੈ, ਕਾਹਦੇ ਨਾਲ ਲਿਬੜਿਆ ਹੋਇਆ। ਪਰਮਾਤਮਾ ਵੀ ਨਹੀਂ ਇਹ ਦੇਖਦਾ, ਲੱਖਾਂ ਮਾਵਾਂ ਜਿੰਨੀ ਮਮਤਾ ਹੈ ਪਰਮਾਤਮਾ ਵਿੱਚ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਤੂੰ ਉਹਨਾਂ ਕੋਲ ਆ, ਇਹ ਤੇਰੇ ਪਾਪ ਉਹ ਜਿਹੜੇ ਤੂੰ ਕੀਤੇ ਨੇ ਨਾ, ਉਹ ਆਪੇ ਧੋਣ ਵਿੱਚ ਸਮਰੱਥ ਹਨ, ਉਹ ਵਾਹਿਗੁਰੂ ਕੋਲ ਆ ਤਾਂ ਜਾ। ਤੂੰ ਆ ਤਾਂ ਸੀ, ਤੇਰੇ ਤੋਂ ਨਹੀਂ ਤੁਲਨੇ ਇਹ, ਤੂੰ ਇੱਕ ਵਾਰ ਆ ਜਾ, ਤੇਰੇ ਸਾਰੇ ਪਾਪ ਉਹ ਧੋ ਦੇਣਗੇ। ਇਹ ਪਾਪ ਤੂੰ ਖੁਦ ਧੋਤਿਆਂ ਅਤੇ ਤੂੰ ਹੋਰ ਇਹਦੇ ਵਿੱਚ 10 ਕਰ ਬੈਠੇਗਾ, 10 ਨੂੰ ਧੋਏਗਾ ਅਤੇ 100 ਕਰ ਬੈਠੇਗਾ, ਤੂੰ ਆ ਜਾ। ਆਉਣਾ ਕਿਵੇਂ ਹੈ, ਸੂਰਤ ਨੂੰ ਮਨ ਨੂੰ ਕਾਲ ਵਿੱਚੋਂ ਕੱਢ ਕੇ ਗੁਰੂ ਨਾਲ ਜੁੜ ਜਾ। ਫਿਰ ਹੋਵੇਗਾ ਕੀ ਜਦੋਂ ਇਹ ਕਰ ਲੇਗਾ, ਜੋ ਰਿੱਧੀਆਂ ਸਿੱਧੀਆਂ ਪਦਾਰਥਾਂ ਪਿੱਛੇ ਅੱਜ ਤੂੰ ਭੱਜਦਾ ਫਿਰਨਾ, ਉਹ ਤੇਰੇ ਪਿੱਛੇ ਭੱਜਣਗੀਆਂ। ਜਿਵੇਂ ਤਨ ਦੀ ਪਕੜ ਘੱਟ ਹੋ ਜਾਵੇਗੀ, ਵਾਹਿਗੁਰੂ ਦੇ ਨੇੜੇ ਹੋ ਜਾਵੇਗਾ। ਇਹ ਜਦੋਂ ਆਪਾਂ ਕੁਝ ਦੇਖਦੇ ਹਾਂ ਨਾ ਕਿ ਸਾਧ ਸੰਤ ਕਿਵੇਂ ਬਣੇ ਹਨ, ਆਪਾਂ ਬੋਲਦੇ ਹਾਂ ਨਾ ਕਿ ਉਹ ਜੋ ਕਹਿੰਦੇ ਨੇ ਉਹ ਸੱਤ ਹੋ ਜਾਂਦਾ, ਨਾਮ ਜਪ ਕੇ ਬਣੇ ਹਨ, ਉਹ ਵੀ ਨਾਮ ਜਪਦੇ ਸਨ, ਆਪਾਂ ਵੀ ਜਪ ਸਕਦੇ ਹਾਂ। ਆਪਾਂ ਹਮੇਸ਼ਾ ਸੋਚਦੇ ਹਾਂ ਮਨ ਨੂੰ ਕਿਵੇਂ ਟਿਕਾਏ, ਗੁਰਬਾਣੀ ਦਾ ਲੜ ਫੜ ਲਓ, ਆਪੇ ਟਿਕ ਜਾਵੇਗਾ। ਬੁਰੇ ਕਰਮਾਂ ਦਾ ਤਿਆਗ ਹੀ ਅਸਲ ਸੇਵਾ ਹੈ। ਇੱਕ ਮਨੁੱਖ ਨੂੰ ਲਾ ਇਲਾਜ ਬਿਮਾਰੀ ਹੋ ਗਈ ਸੀ, ਬਹੁਤ ਇਲਾਜ ਕਰਵਾਇਆ ਪਰ ਕਿਤੋਂ ਆਰਾਮ ਨਾ ਆਇਆ। ਉਸ ਦੀ ਘਰਵਾਲੀ ਇੱਕ ਸੰਤ ਜੀ ਕੋਲ ਗਈ, ਉਹਨਾਂ ਕਿਹਾ ਵੀ ਗੁਰਬਾਣੀ ਦਾ ਜਾਪ ਕਰ ਲਓਗੇ, ਉਹ ਕਹਿੰਦੀ ਹਾਂਜੀ। ਉਹਨਾਂ ਕਿਹਾ ਰੋਜ਼ ਆਪਣੇ ਘਰ ਆਪਣੇ ਪਤੀ ਕੋਲ ਬੈਠ ਕੇ ਤੂੰ 5 ਸੁਖਮਨੀ ਸਾਹਿਬ ਦੇ ਪਾਠ ਕਰਨੇ ਨੇ, 5 ਪਾਠ ਸੁਣਾਉਣੇ ਨੇ ਉਹਨੂੰ, 40 ਦਿਨ ਲਗਾਤਾਰ ਕਰ, ਗੁਰੂ ਨਾਨਕ ਜੀ ਤੇਰੇ ਘਰ ਮਿਹਰ ਕਰਨਗੇ। ਇੱਥੋਂ ਪਤਾ ਲੱਗਦਾ ਹੈ ਵਿਸ਼ਵਾਸ ਕੀ ਚੀਜ਼ ਹੈ, ਭਰੋਸਾ ਕੀ ਚੀਜ਼ ਹੈ। ਉਹ ਮਾਤਾ ਘਰ ਆਈ, 20 ਦਿਨ ਲਗਾਤਾਰ 5 ਪਾਠ ਕਰਕੇ ਸੁਣਾਉਂਦੀ ਰਹੀ ਅਤੇ ਬੜੀ ਸ਼ਰਧਾ ਭਾਵਨਾ ਨਾਲ ਕਰਦੀ ਰਹੀ। ਪਰ ਹੋਇਆ ਕੀ, ਅਚਾਨਕ ਉਹਦੀ ਤਬੀਅਤ ਹੋਰ ਖਰਾਬ ਹੋ ਗਈ, ਹੋਸਪਿਟਲ ਲੈ ਕੇ ਜਾਣਾ ਪਿਆ। ਜਦੋਂ ਹੋਸਪਿਟਲ ਲੈ ਕੇ ਗਏ ਤਾਂ ਉੱਥੇ ਵੀ ਉਹਨੇ ਨੇਮ ਨਾ ਛੱਡਿਆ, ਉੱਥੇ ਵੀ ਪਾਠ ਕਰਦੇ ਰਹੇ। ਪਰ ਜਦੋਂ ਉਹ ਪਾਠ ਕਰਦੀ ਤਾਂ ਉਹਦੇ ਬੱਚੇ ਕਹਿੰਦੇ ਕਿ ਪਾਠ ਕਾਰਨ ਤਾਂ ਸਭ ਕੁਝ ਹੋਇਆ, ਗੁਰੂ ਘਰ ਜਾਂਦੇ ਉਲਟਾ ਹੋਰ ਬਿਮਾਰ ਹੋ ਗਏ ਨੇ। ਘਰਵਾਲੀ ਨੂੰ ਵਿਸ਼ਵਾਸ ਸੀ, ਉਹ ਹਜੇ ਵੀ 5 ਸੁਖਮਨੀ ਸਾਹਿਬ ਦੇ ਪਾਠ ਕਰਦੀ ਰਹੀ। ਉੱਥੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਜੀ ਨਾਲ ਵਾਲੇ ਸ਼ਹਿਰ ਲੈ ਜਾਓ। ਉਹ ਉੱਥੇ ਲੈ ਕੇ ਗਈ, ਤਬੀਅਤ ਅੱਗੇ ਨਾਲੋਂ ਵੀ ਖਰਾਬ ਹੋ ਗਈ, ਵਿਸ਼ਵਾਸ ਅਜੇ ਵੀ ਅਟੂਟ ਸੀ। ਸਾਡੇ ਵਰਗਾ ਕੋਈ ਹੁੰਦਾ ਨਾ ਤਾਂ ਗੁਟਕਾ ਸਾਹਿਬ ਉੱਥੇ ਹੀ ਰੱਖ ਦਿੰਦਾ, ਕਿਤੇ ਹੋਰ ਚਲਿਆ ਜਾਂਦਾ, ਪਰ ਉਹਦਾ ਵਿਸ਼ਵਾਸ ਨਾ ਡੋਲਿਆ। ਜਿਸ ਹੋਸਪਿਟਲ ਵਿੱਚ ਹੁਣ ਭੇਜਿਆ ਉੱਥੇ ਵੀ ਪਾਠ ਕਰਦੀ ਰਹੀ। ਡਾਕਟਰਾਂ ਨੇ ਉੱਥੇ ਵੀ ਜਵਾਬ ਦੇ ਦਿੱਤਾ, ਕਹਿੰਦੇ ਜੀ ਦਿੱਲੀ ਲੈ ਜਾਓ, ਬੱਚੇ ਹੋਰ ਜ਼ਿਆਦਾ ਬੋਲਦੇ, ਮਾਤਾ ਕਿਉਂ ਕਰਦੇ ਪਿਓ, ਫਰਕ ਤਾਂ ਕੋਈ ਪੈਂਦਾ ਨਹੀਂ ਪਿਆ। ਬੱਚੇ ਡਾਂਟ ਕੇ ਗਏ ਮਾਤਾ ਨੂੰ, ਉਹਨੇ ਆਪਣਾ ਨੇਮ ਹਜੇ ਵੀ ਨਾ ਛੱਡਿਆ। 38ਵੇਂ ਦਿਨ ਜਦੋਂ ਲੰਘ ਗਿਆ ਤਾਂ ਦਿੱਲੀ ਵਾਲੇ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਵੀ ਘਰ ਲੈ ਜਾਓ, ਕੁਝ ਘੰਟਿਆਂ ਦਾ ਮਹਿਮਾਨ ਆਏ, ਜੋ ਸੇਵਾ ਪਾਣੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਲੈ ਜਾਓ। ਉਹਨੂੰ ਐਂਬੂਲੈਂਸ ਵਿੱਚ ਪਾ ਦਿੱਤਾ ਅਤੇ ਘਰ ਲੈ ਕੇ ਆਏ। ਐਂਬੂਲੈਂਸ ਵਿੱਚ ਵੀ ਉਹ ਪਾਠ ਕਰਦੀ ਰਹੀ। ਘਰ ਪਹੁੰਚੇ, ਅੱਜ 40ਵਾਂ ਦਿਨ ਸੀ, ਉਹਨੇ ਅਰਦਾਸ ਕਰਵਾ, ਕੜਾਹ ਪ੍ਰਸ਼ਾਦੀ ਦੇਗ ਬਣਾ ਸਾਰਿਆਂ ਵਿੱਚ ਵੰਡੀ। 41ਵਾਂ ਦਿਨ ਆਇਆ, ਬਿਮਾਰੀ ਠੀਕ ਹੋਣਾ ਆਰੰਭ ਹੋ ਗਈ। 46ਵੀਂ ਦਿਨ ਉਹ ਖੁਦ ਉੱਠ ਕੇ ਬੈਠ ਗਿਆ, ਦੁਬਾਰਾ ਰਿਪੋਰਟ ਕਰਵਾਉਣ ਲੈ ਕੇ ਗਏ। ਰਿਪੋਰਟਾਂ ਜਦੋਂ ਟੈਸਟ ਹੋ ਕੇ ਆਇਆ, ਡਾਕਟਰ ਵੀ ਹੈਰਾਨ ਹੋ ਗਏ ਕਿ ਬਿਮਾਰੀ ਕਿੱਥੇ ਉੱਡ ਗਈ ਹੈ। ਇਹਨੂੰ ਕਿਹਾ ਗੁਰਬਾਣੀ ਕਿਵੇਂ ਪੜ੍ਹਨੀ ਚਾਹੀਦੀ ਹੈ, ਵਿਸ਼ਵਾਸ, ਉਹਦੇ ਵਿਸ਼ਵਾਸ ਹੀ ਜਿੱਤ ਗਿਆ ਸੀ ਗੁਰੂ 'ਤੇ। ਗੁਰੂ ਜੀ ਨੇ ਸੇਵਾ ਲਈ ਸੀ, ਉਹਨੇ ਸੇਵਾ ਕੀਤੀ, ਪਰ ਕੀਤੀ ਕਿਹਦੇ ਨਾਲ, ਭਰੋਸੇ ਨਾਲ ਕਰਨੀ ਪਈ। ਇਹ ਹੈ ਗੁਰਬਾਣੀ ਦੀ ਤਾਕਤ ਜੋ ਸਾਡੇ ਵਿੱਚੋਂ ਅਲੋਪ ਹੋ ਗਈ ਹੈ।
ਆਪਾਂ ਨੂੰ ਕਿਹਾ ਜਾਂਦਾ ਨਾ ਕਿ ਗੁਰਬਾਣੀ ਦਾ ਜਾਪ ਕਰਨਾ ਫਿਰ ਮਨ ਟਿਕੇਗਾ, ਆਪਾਂ ਕਹਿੰਦੇ ਹਾਂ ਮਨ ਹੀ ਨਹੀਂ ਟਿਕਦਾ। ਮਨ ਜਦੋਂ ਕੱਪੜੇ ਦੇ ਉੱਤੇ ਸਾਬਣ ਲਾਉਂਦੇ ਹਾਂ ਤਾਂ ਝੱਗ ਨਿਕਲਦੀ ਹੈ ਨਾ, ਮੈਲ ਉੱਗਲਦੀ ਹੈ ਨਾ, ਉਹ ਮੈਲ ਹੀ ਉੱਗਲ ਰਹੀ ਹੁੰਦੀ ਹੈ ਜਦੋਂ ਅੱਖਾਂ ਬੰਦ ਕਰਦੇ ਹਾਂ ਅਤੇ ਮਾੜੇ ਵਿਚਾਰ ਆਉਂਦੇ ਨੇ। ਪਰ ਪਾਠ ਕਰਨਾ ਨਾ ਛੱਡੋ, ਕਰਦੇ ਰਹੋ, ਉਦੋਂ ਉਹ ਮੈਲ ਉੱਗਲ ਰਹੀ ਹੁੰਦੀ ਹੈ, ਉਦੋਂ ਜਿਵੇਂ ਜਿਵੇਂ ਉਹ ਮੈਲ ਉੱਗਲ ਕੇ ਸਾਫ਼ ਹੋਏਗਾ।